ਚਲੇ ਬਾਕੀ ਫਸਲ ਦੇ ਵਿੱਚ ਆ ਗਈ ਤੁਹਾਰਾ ਦੇਖੀ ਹੈ ਨਾ ਕੌਣ ਪੂਰੀ ਦਿਖਾ ਲੈਣੀ ਆਪਾਂ ਉੱਥੇ ਦੂਰ ਕਰਕੇ ਬਹੁਤ
ਪਾਜੀ ਪਿੱਛੇ ਬੱਜ ਪਾ ਤੁਸੀਂ ਮੇਰਾ ਭਰਾ ਚਾਰ ਸੌ ਰੁਪਏ ਉੱਧਰ ਭਾਈ ਤੁਹਾਨੂੰ ਬਾਜੀ ਪਾਣੀ ਜਾ ਦੋ ਬੜੀ ਗਰਾਊਂਡ ਬਿਤਾ ਜਾਵੇ ਫਾਈਨਲ ਵਾਲੇ ਉਹ ਇੱਧਰ ਬਿਠਾ ਲਾਂਗੇ ਹੁਣ ਕਿਆ ਬੋਲੀ ਜਾਏਗਾ ਉੱਚੀ ਉੱਚੀ ਹਾਂਜੀ ਆਵਾਜ਼ ਫੁੱਲ ਬਣ ਲਾ ਹੋਰ ਤੁਹਾਨੂੰ ਬੋਲਣ ਦਾ ਦੌਰ ਕਰ ਰਿਹਾ ਹੈ ਅਤੇ ਬੀਆਂ ਦੇ
ਕਰ ਕੇ ਰੱਖਿਆ ਨਹੀਂ ਹੋਇਆ ਬਾਹਰ ਕਰਦੀ ਮੱਥੇ ਵੱਜਣੀ ਨਾਮ ਪੁੱਛ ਲੈਂਦੇ
ਫਿਰ ਹੀ ਆਏ ਹਾਂ ਬਸ
ਤੇ ਦੂਸਰੇ ਪਾਸੇ ਦਾ ਰੂੜੀ ਕਰਦਾ ਨਹੀਂ ਨਹੀਂ ਸਹੀ ਆ ਓਕੇ ਠੀਕ ਹੈ ਜੀ ਚਲੋ ਮਿਲਾਓ ਹੱਥ ਤੁਸੀਂ ਵੀ ਇੱਧਰ ਨੂੰ ਖੜ ਜਾਓ ਨਹੀਂ ਨਹੀਂ ਇੱਕ ਇੱਕ ਪਾਸੇ ਟੀਮ ਖੜੀ ਕਰੋ ਏਦਾਂ ਹੱਥ ਮਿਲਾਉਂਦੇ ਜਾਓਗੇ ਫੇਰ ਆਪਣੀ ਟੀਮ ਏਦਾਂ ਖੜੀ ਕਰ ਏਦਾਂ ਹੱਥ ਮਿਲਾਉਂਦੇ ਚੱਲ ਜਿਓ
ਇੱਧਰ ਆਓ ਵੀ ਬੀਸਾ ਨੇ ਵੀ ਬੀਸਾ ਇੱਧਰ ਹੀ ਲੈਣ ਚ ਲੱਗ ਜਾਓ ਭਾਜੀ ਉਹ ਕੋਈ ਇੱਕ ਮਿੰਟ ਰੁਕ ਜਾਓ ਠੀਕ ਹੈ ਕੋਈ ਨਹੀਂ ਇੱਥੋਂ ਖੜੇ ਸ਼ੁਰੂ ਹੋਵੋ ਉਧਰ ਨੂੰ ਇੱਧਰ ਵੀ ਆਓ ਉਹ ਕੋਈ ਨਹੀਂ ਸਾਰੇ ਖੜ ਲਓ ਚੰਗੇ ਫੁੱਟਾਂ ਨੇ ਬਾਅਦ ਚੰਗੇ ਵੀ ਭਾਈ ਟੋਪ ਵੀ ਪਵਾ ਕੇ ਜਾਇਓ ਬਸ ਪਵਾ ਕੇ ਟੋਸ ਪਵਾ ਕੇ ਜਾਇਓ ਬੀਸਲਿਆਂ ਦੀ ਧਰਤੀ ਦਾ ਟੂਰਨਾਮੈਂਟ ਹੋਣ ਗਿਆ ਬੀਸਲਾ ਦੀ ਟੀਮ ਦੀ ਬੈਟਿੰਗ ਆਈ ਹੈ ਟੋਸ ਜਿੱਤੀ ਹੈ ਚੱਕ ਬਣ ਕੇ ਫਾਈਨਲ ਮੈਚ ਹੋ ਰਿਹਾ ਚੋਇਸ ਹੀ ਨਹੀਂ ਕੀਤਾ ਇਹਦਾ ਆਪਣੇ ਪਿੰਡ ਬਿਸਲਿਆਂ ਦੀ ਧਰਤੀ ਦਾ ਟੂਰਨਾਮੈਂਟ ਹੋਣ ਜਾ ਰਿਹਾ ਹੈ ਬਿਸਲਾ ਏ ਟੀਮ ਅਤੇ ਚੱਕ ਵੈਲਗਾ ਦਾ ਫਾਈਨਲ ਮੈਚ ਹੋਣ ਜਾ ਰਿਹਾ ਬਿਸਲਾ ਏ ਟੀਮ ਨੇ ਆਪਣੇ ਉਹ ਜਿੱਤੀ ਆ ਕੀ ਕਹਿੰਦੇ ਹੁੰਦੇ ਉਹਨੂੰ ਟੌਸ ਜਿੱਤ ਲਈ ਆ ਬਿਸਲਾ ਟੀਮ ਦੱਸੋ ਕਿਆ ਕਰਨੀ ਜਾ ਰਿਹਾ ਬੈਟਿੰਗ ਕਰ ਰਹੀ ਹੈ ਬਿਸਲਾ ਵਾਲੇ ਬਹੁਤ ਹੀ ਅੱਛਾ ਮੈਚ ਚੱਲ ਰਿਹਾ ਹੈ ਅਜੇ ਤੁਹਾਨੂੰ 2 ਮਿੰਟ ਬਾਅਦ ਆਉਂਦੇ ਹਾਂ ਬਾਬੇ ਭਾਈ ਨੇ ਕਿਹਾ ਉਹ ਲਿਖ ਦੇ ਤੂੰ ਕਿਆ ਇਹ ਤਾਂ ਨਹੀਂ ਬੰਦ ਕਰਦੀ ਤੂੰ ਕਿਆ ਬੰਦ ਕਰਕੇ ਲੱਗਣੀ ਇੱਕ ਦੇ ਹੋਇਆ
ਟਿਊਨ ਲਾ ਟਿਊਨ ਟਿਊਨ ਚ ਨਹੀਂ ਆ ਥੋੜੀਆਂ ਜਾਂ ਕੋਰਸ ਥੋੜੀਆਂ ਰਹਿਣ ਦੋ ਕੋਰਸ ਉੱਥੇ ਬੀਬੀਆਂ ਆਉਂਦੀਆਂ ਥੱਲੇ ਕਰੀ ਜੀ ਵਧੀਆ ਹੂੰ ਕੈਫ ਨੂੰ ਕਹਿੰਦੇ ਕੈਫ ਨੂੰ ਓਏ ਕੈਫ ਨੂੰ ਕੈਫ ਆ ਕੁਰਸੀ ਤੇ ਕਲੇ ਕਿੱਦਾਂ ਹੀ ਉਹ ਚੱਲ ਲੋ ਹੁਣ ਘਰਾਂ ਦੇ ਜਿੰਨੇ ਉਪਰੋਂ ਕੱਪੜਾ ਚੱਕ ਉਹਦਾ ਕੱਪੜਾ ਦਿੱਤਾ ਕੀ ਹੈ ਦੇਖੀ ਉੱਪਰ ਹੈਲੋ ਹੈਲੋ ਓਏ ਹੱਦ ਨੂੰ ਯਾਰ ਚੱਲ ਮੜਾ ਜਿਹਾ ਕਹਿ ਦੇ ਓਏ
ਬਹੁਤ ਹੀ ਵਧੀਆ ਬਾਰਨ ਦੱਸੀ ਵਾਲਾ ਆਪਣੀ ਟੀਮ ਵੱਲੋਂ ਕਰਦੇ ਹੋ ਸਾਡੇ ਬਹੁਤ ਹੀ ਸੂਝ ਕਮੰਤਾ ਜੋਗਾ ਭਾਈ ਸਾਹਿਬਾਂ ਟਾਫਲ ਦੇ ਦੂਸਰੇ ਪਾਸੇ ਰਜਾ ਕਲੀਰਾਂ ਵਾਲਾ ਬਹੁਤ ਹੀ ਸੂਝ ਮਨੰਤਰ ਬਹੁਤ ਬੋਲ ਕਰਦੇ ਹੋਏ ਆਪਣੇ ਟੀਮ ਦੇ ਮਿੱਤਰ ਜੱਸੀ ਬਹੁਤ ਹੀ ਵਧੀਆ ਸ਼ਾਟ ਹਵਾ ਮਿਲਿਆ ਗਿਆ ਸ਼ੋਰਮ ਬਹੁਤ ਹੀ ਵਧੀਆ ਬੈਟਿੰਗ ਕਰਦੇ ਹੋ ਮੇਰੇ ਤੋਂ ਆਇਆ ਹੱਥ ਟੀਮ ਦੇ ਲਈ ਰਨ ਜੋੜ ਰਹੇ ਹੋ ਸਾਡੇ ਸਤਿਕਾਰ ਪਟਵਾਰੀ ਅੰਕਲ ਜੀ ਤੇ ਉੱਧਰ ਸਾਡੇ
ਤੁਹਾਡੇ ਅੰਕਲ ਜੀ ਕਲਾਂ ਅੰਕਲ ਜੀ ਪਹੁੰਚੇ ਹੋਏ ਆ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੀ ਟੀਮ ਦਾ ਹੌਸਲਾ ਅਫਜ਼ਾਈ ਕਰਨ ਲਈ। ਨੈਕਸਟ ਬਾਲ ਲੋ ਪਿਆਰ ਮਿਸਟ ਮਨਜੀਤ ਔਰ ਗੁੰਡੀ ਬਿਸਲਾ ਟੀਮ ਵੱਲੋਂ ਰੂਮ ਕੈਪਟਨ ਆਪਣੀ ਜ਼ਿੰਮੇਵਾਰੀ ਫੁੱਲ ਬਰਾ ਨਵਾਉਂਦੇ ਹੋਏ ਫੇਰ ਖੇਡ ਕਰਦੇ ਹੋਏ ਤਾਂ ਵੀ ਰਨ ਘੱਟ ਤੋਂ ਘੱਟਦਾ ਦੋ ਓਵਰ ਸੋਲਾ ਸਕੋਰ ਜਿਨ੍ਹਾਂ ਦੇ ਚੱਕ ਰਹੇ ਉਹਨਾਂ ਦੀ ਟੀਮ ਮਸ਼ਹੂਰ ਫੀਲਡਰ ਗੱਬਰ ਬੋਲੀ ਹੁਣ ਫੀਲਡ ਨੇ ਪਲੇਸ ਕੀਤੀ ਹੋਈ ਖਿਡਾਰੀ ਜਗ੍ਹਾ ਉਹਨਾਂ ਦਾ ਵੀ ਬਹੁਤ ਧੰਨਵਾਦ ਭਾਈ ਕਨੌਜਾ ਜੀ ਲਓ ਜੀ ਬੋਲਿੰਗ ਲਈ ਤਿਆਰ ਮਿਸਟਰ ਮਨਜੀਤ ਤੇ ਬੈਟਿੰਗ ਲਈ ਤਿਆਰ ਮਿਸਟਰ ਭਾਇਆ ਬਹੁਤ ਹੀ ਵਧੀਆ ਓਵਰ ਬਣਾਉਣ ਦਾ ਇਸ਼ਾਰਾ ਬੋਬੋ ਦਾ ਓਵਰ ਸਾਡੇ ਬਹੁਤ ਹੀ ਸਿਰਵਾਨ ਅੰਪਾਇਰ ਇਧਰਲੇ ਪਾਸੇ ਰਾਜਾ ਕਾਲੀ ਜੋ ਕਿ ਸਾਡੇ ਲਾਗੇ ਦੇ ਪਿੰਡ ਮਲੇਰਾ ਤੋਂ ਆਏ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਮਨਜੀਤ ਔਰ ਗੁੰਡੀ ਬਿਸਲਾ ਟੀਮ ਦੇ ਮਸ਼ਹੂਰ ਬੋਲਰ ਤੇ ਦੂਸਰੇ ਪਾਸੇ ਦੇ ਕੀਪਰ ਦੇ ਵੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਘੱਟ ਜਿਹੜਾ ਚੋੜੀਆ ਕੀਪਰ
ਬਹੁਤ ਵਧੀਆ ਚਾਰ ਛੇ ਰਨ ਦੇ ਵਧੀਆ ਸ਼ਾਟ ਕਰਦੇ ਹੋ ਆਪਣੀ ਟੀਮ ਦੇ ਲਈ ਲੱਗ ਚੱਕ ਰਹੇ ਤਾਂ ਟੀਮ ਦੇ ਲਈ ਆਪਣੇ ਰਨ ਤੋੜਦੇ ਹੋਏ ਬਹੁਤ ਹੀ ਵਧੀਆ ਬੋਲਿੰਗ ਸਪੀਨ ਕਰਦੇ ਹੋ ਪਰ ਨਾਟ ਆਊਟ ਪਾਣੀ ਬਹੁਤ ਹੀ ਵਧੀਆ ਬੋਲਿੰਗ ਡੋਟ ਬੋਲ ਕਰਦੇ ਹੋਏ ਆਪਣੀ ਟੀਮ ਦੇ ਲਈ ਬਹੁਤ ਹੀ ਵਧੀਆ ਬੋਲਿੰਗ ਕਰਦੇ ਹੋਏ ਰੱਸੀ ਜੋ ਕਿ ਬਿਸਲਾ ਦੇ ਕੈਪਟਨ ਇੱਕ ਬੋਲ ਪਹਿਲਾਂ ਕੈਚ ਤੇ ਡ੍ਰੌਪ ਹੋ ਗਿਆ ਚਲੋ ਕੋਈ ਗੱਲ ਨਹੀਂ ਬਹੁਤ ਹੀ ਵਧੀਆ ਬੋਲਿੰਗ ਇਸ ਦੇ ਨਾਲ ਹੀ ਓਵਰ ਦੀ ਮਾਰਤੀ ਚਾਰ ਪੈਂਤੀ ਸਕੋਰ ਇੱਕ ਵਿਕਟ ਦੇ ਨੁਕਸਾਨ ਚੱਕ ਰਹੇ ਨੇ ਹਾਂਜੀ ਵਾਟਰ ਬ੍ਰੇਕ ਭਾਈ ਘਨੱਈਆ ਜੀ ਨੂੰ ਬੇਨਤੀ ਕੀਤੀ ਜਾਂਦੀ ਕਿ ਪਾਣੀ ਜਲਦੀ ਤੋਂ ਜਲਦੀ ਗਰਾਊਂਡ 'ਚ ਆਇਆ ਜਾਵੇ ਕਰ ਲੈ ਬਣਾ ਲੋ ਜਿਹੜੇ ਬੈਠੇ ਆ ਉਹ ਆ ਗਿਆ ਉਹ ਜਿਹੜੇ ਹੋਣਾ ਦੇਣਾ ਬਰਾਬਰ ਸ਼ੋਰ ਹੈ
ਆਪਣੀ ਟੀਮ ਦੇ ਲਓ ਵਧੀਆ ਬੋਲਿੰਗ ਕਰਦੇ ਬਲੈਕ ਹੀ ਪੁੱਛੋ ਆਪਣੀ ਟੀਮ ਦੇ ਲਈ ਟਿਊਨ ਟਿਊਨ ਕੱਢ ਕੇ ਰੱਖ ਟਿਊਨ ਇਹ
आ गया दो मिनट टेंशन लो ओ बॉलिंग बहुत बढ़िया बॉल है मिस्टर गौरव द्वारा आप लोग ने कर दो What do I have? Not even that though. Why the game doesn't want to do that? बहुत ही बढ़िया बॉलिंग बहुत बार कर दो
ਬਹੁਤ ਵਧੀਆ ਬੋਲ ਬਹੁਤ ਬੋਲ ਕਰਦੇ ਹੋਏ ਆਪਣੀ ਟੀਮ ਦੇ ਲਈ ਰੰਨਾਂ ਦਾ ਬਚਾਅ ਕਰਦੇ ਹੋਏ ਬਲੈਕੀ ਪੁੱਛੋ ਇੱਕ ਰੰਗ ਠੀਕ ਹੈ ਇੱਕ ਰੰਗ ਜੀ ਬਹੁਤ ਹੀ ਵਧੀਆ ਸ਼ਾਰ ਤੇ ਹੁਲੀ ਹੀ ਵਧੀਆ ਫੀਲਡਿੰਗ ਮੁੰਡੀ ਦੁਆਰਾ ਬਹੁਤ ਹੀ ਵਧੀਆ ਤੈਅ ਕਰਦੇ ਹੋਏ ਆਪਣੀ ਟੀਮ ਦੇ ਲਈ ਬਹੁਤ ਹੀ ਵਧੀਆ ਤੈਅ ਦਿੰਦਾ ਮੈਚ ਮੋਂਟੀ ਨੇ ਕਿਆ ਕੀਤਾ ਵੇ ਛੋਟੀ ਅੰਕਲ ਵਾਲੇ 500 ਰੁਪਿਆ ਨਾਮ ਮੋਂਟੀ ਨੂੰ ਦਿੱਤਾ ਗਿਆ ਹੋਰ ਦੇਖ ਲਓ ਕਿੰਨੇ ਕੈਚ ਕਰਨਾ 500 ਰੁਪਿਆ ਹੋਰ ਹਰਾ ਹੋ ਗਿਆ ਇੱਕ ਬਹੁਤ ਹੀ ਵਧੀਆ ਬੋਲ ਇਸ ਦੇ ਨਾਲ ਹੀ ਓਵਰ ਦੀ ਸਮਾਪਤੀ ਓਵਰ ਦੇ 7 ਓਵਰ 59 ਸਕੋਰ ਚਾਰ ਵਿਕਟਾਂ ਦੇ ਨੁਕਸਾਨ ਤੇ ਚੱਕ ਲੋ ਦੋ ਦੇ ਕੈਪਟਨ ਬਹੁਤ ਹੀ ਖੁਸ਼ੀ ਦੀ ਲਹਿਰ ਦੇ ਤੇ ਨੈਕਸਟ ਬੋਲਰ ਫੇਰ ਲਾਇਆ ਗਿਆ ਸੌਰਵ ਕੁਮਾਰੀ ਉਰਫ ਸ਼ੌਰਾ ਨੈਕਸਟ ਬਾਲ ਤਿਆਰ ਬਹੁਤ ਹੀ ਬਾਲ ਹੈ ਜੀ ਬਹੁਤ ਬਾਲ ਕਰਦੇ ਹੋ ਬਹੁਤ ਹੀ ਵਧੀਆ ਸ਼ਾਟ ਗਏ ਜੀ ਕਿੰਨੇ ਦਾ ਸ਼ਾਟ ਹੋਰ ਨੈਕਸਟ
ਅੱਗੇ ਭਾਈ ਦੋ ਰਨ ਜੀ ਦੋ ਰਨ ਜੀ ਠੀਕ ਹੈ ਜੀ ਓਕੇ ਜੀ ਓਕੇ ਲਓ ਜੀ ਚੈੱਕ ਕਰਨ ਵਾਲੀ ਟੀਮ ਨੇ ਅੱਠ ਓਵਰ ਦੇ 70 ਰਨ ਮਾਰੇ ਨੇ 74 ਰਨ ਟਾਰਗੇਟ ਹੈ ਬਿਸਲਾ ਵਾਲੀ ਟੀਮ ਨੇ ਰੁੱਤ ਵਾਸਤੇ ਹਾਂਜੀ ਭਾਜੀ ਸਕੋਰ ਬੋਰਡ ਹੈ ਭਾਜੀ ਅੱਠ ਓਵਰ ਤਿਹੱਤਰ ਸਕੋਰ ਚੈੱਕ ਵਾਲੀਆਂ ਦੀ ਟੀਮ ਨੇ ਮਾਰੇ ਨੇ ਅੱਠ ਓਵਰ 74 ਸਕੋਰ ਮਾਰਨੇ ਪੈਣੇ ਬਿਸਲਾ ਟੀਮ ਜਿੱਤ ਵਾਸਤੇ ਸਾਡੇ ਕੋਲ ਸਾਡੇ ਮਸ਼ਹੂਰ ਬੋਲਰ ਜਿਹੜਾ ਚਿੱਟੀ ਚਿੱਟੀ ਟੀਮ ਖੇਡਦੇ ਰੋਜ਼ ਅੱਠ ਓਵਰ ਤੇ ਹੋਪਰ ਸਕੋਰ ਦੀ ਪਾਰੀ ਖੇਲੀ ਚੱਕ ਦੋਨਾਂ ਟੀਮ ਨੇ ਤੇ ਬਿਸਲਾ ਦੀ ਟੀਮ ਨੂੰ ਜਿੱਤ ਵਾਸਤੇ 74 ਸਕੋਰ ਚਾਹੀਦੇ ਨੇ ਅੱਠ ਓਵਰ ਦੇ ਵਿੱਚ ਤੈਨੂੰ ਲਿਆ ਚਾਹੀਦਾ ਵਾ ਭਾਜੀ ਬੈਟਸਮੈਨ ਭੇਜੇ ਜਾਣ ਭਾਜੀ ਤੋਂ ਭਾਜੀ
लगातार 30 बॉल बाद होंगे
ਯਾਰ ਚਾਰ ਵਾਰੀ ਆਊਟ ਹੋ ਗਿਆ ਜੰਦੇ ਬਹੁਤ ਹੀ ਵਧੀਆ ਅਪੀਲ ਕਰਦੇ ਆਪਣੇ ਟੀਮ ਓਵਰ ਦੀ ਸਮਾਪਤ ਇੱਕ ਓਵਰ ਇੱਕ ਸਕੋਰ ਇੱਕ ਓਵਰ ਇੱਕ ਰਨ ਦੀ ਦੂਸਰਾ ਇਨਿੰਗਸ ਕਰਾਂ
ਚੈੱਕ ਨਾ ਕਰੋ ਤੁਸੀਂ ਬਲੋ ਬਲੋ ਕਰਾ ਲਿਆ ਪਿਆ ਸਰਕਾਰ ਤੋਂ ਮਿਸਟਰ ਵਨ ਟੂ ਬਹੁਤ ਬਹੁਤ ਇਸ਼ਾਰਾ ਅੰਬਾਰ ਦੋਗੇ ਭਾਈ ਦਾਰਾ ਬਹੁਤ ਹੀ ਸਾਡੇ ਫੀਸ ਬਣਾ ਬੈਰ ਤੇ ਦੂਸਰੇ ਪਾਸੇ ਰਾਜਾ ਬਣੇ ਹੋਰ ਕਿਹੜਾ ਪਿੰਡ ਤੋਂ ਬਿਲੋਂਗ ਕਰਦੇ ਨੇ ਸੇਵ ਕਰਨ ਉਧਰ ਵੀ ਲੈਰ ਸੀ ਹੈਗਾ
Thank you.
ਬਹੁਤ ਹੀ ਵਧੀਆ ਬੋਲ ਹੈ ਉਸ ਦੇ ਨਾਲ ਹੀ ਉਸ
ਸਰਕਾਰੀ ਰਨ ਪਾਈ ਦੇ ਨੇ ਉਪਵਾਨੀਆਂ ਪਾਈਆਂ ਦੇ ਕੇ ਕਹਿੰਦੇ ਮੈਂ ਜਿੱਤਣਾ ਆ ਉਹ ਤੋਂ ਕਰਕੇ ਨਹੀਂ ਮੈਂ ਜਿੱਤਣਾ ਤੈਨੂੰ ਭੈਣ ਤੋਂ ਮੈਨੂੰ ਬੋਲ ਕੇ
ਯਾਰ ਉਹ ਪੁੱਛਦਾ ਕੀ ਹੁੰਦਾ ਹੈ ਕਿ ਨਹੀਂ ਨਹੀਂ ਉਹ ਨਾ ਦੱਸ ਪਹਿਲੀ ਵਾਰ ਮੈਚ ਕਰਾਏ ਆ ਤਜਰਬਾ ਨਹੀਂ ਸੀਗਾ ਫਿਰ ਵੀ ਇਹਨਾਂ ਦੀ ਹਿੰਮਤ
ਸਫਲਤਾ ਹਾਸਲ ਕਰ ਲਈ ਆ ਸਾਨੂੰ ਇਹ ਯਕੀਨ ਹੋ ਗਿਆ ਤੇ ਜਿੱਦਾਂ ਜਿੱਦਾਂ ਸਾਡੀਆਂ ਹੁਣ ਉਮਰਾਂ ਵਧੀ ਜਾਂਦੀਆਂ ਉਦਾਂ ਉਦਾਂ ਨੌਜਵਾਨ ਸਾਰੇ ਅੱਗੇ ਆ ਕੇ ਆਪਣੀ ਆਪਣੀ ਭਾਈ ਜ਼ਿੰਮੇਵਾਰੀ ਸਮਝੋ ਤੇ ਆਪਣੀਆਂ ਸਿਹਤਾਂ ਬਣਾਓ ਆਪਣੇ ਜੀਵਨ ਨੂੰ ਖੁਸ਼ਹਾਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਲਬੀਰ ਰਾਮ ਪਟਵਾਰੀ ਜੀ।
ਮੈਂ ਨਾ ਸਭ ਰਨਰ ਆਫ ਟੀਮ ਪਿੰਡ ਬਿਸਲਾ ਪਿੱਛੇ ਕਰਨਾ ਫੋਟੋ ਖਿੱਚ ਲਓ ਇੱਕ ਫੋਟੋ ਖਿੱਚ ਲਾਂਗੇ ਬਿਸਲਾ ਦੇ ਖਿਡਾਰੀ ਜਿਹੜੇ ਜਿਹੜੇ ਵਿਖੇ ਆ ਉਹ ਇੱਥੇ ਮੰਚ ਤੇ ਆਈ ਜਾਓ ਆਪਣੇ ਆਪ ਟ੍ਰੋਫੀ ਲੈ ਕੇ
ਬਾਅਦ ਚੋਂ ਗੱਲ ਨਹੀਂ ਫੋਟੋ ਕਰ ਲਓ ਜੀ ਚਲਾ ਕੈਮਰਾ ਇੱਦਾਂ ਟੱਕ ਫੋਕਸ ਹੀ ਦੇਖਣਾ ਕਹਿੰਦਾ ਟੱਕ ਮੇਰਾ ਕਲਾ ਬੇਟਾ ਲੰਬੀ ਬੇਟਾ ਮੈਂ ਬੇਨਤੀ ਕਰਦਾ ਪਿੰਡ ਟੱਕਵਲਗਾ ਦੇ ਕੈਪਟਨ ਨੂੰ ਕਿ ਉਹ ਆਪਣੀ ਟਰਾਫੀ ਹਾਸਲ ਕਰੋ, ਉਸ ਤੋਂ ਬਾਅਦ ਟਰਾਫੀ ਦੇ ਨਾਲ ਸਾਰੀ ਟੀਮ ਫੋਟੋ ਕਰਾ ਲਓ। ਆ ਜਾਓ ਪਲੀਜ਼ ਟੱਕਵਲਗਾ ਪਿੰਡ। ਮਾਰ ਕੇ ਫੋਟੋ ਕਰਦਾ ਮੁੰਡਾ। ਕਦੀ ਵੇਚਣ ਚਲੋ ਲੈ ਫਿਰ ਜਾਂਦਾ ਜੂਮ ਕਰਦਾ ਮੈਂ ਆਪਣੇ ਜਿੰਨੇ ਵੀ ਸਾਡੇ ਫਰੈਂਡਸ ਕ੍ਰਿਕਟ ਕਲੱਬ ਬਿਸਲਾ ਦੇ ਮੈਂਬਰ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਪਲੀਜ਼ ਸਾਰੇ ਜਣੇ ਮੰਚ ਤੇ ਆ ਜਾਓ ਬਿਨਾਂ ਮੇਰੇ ਕਿਸੇ ਦੇ ਨਾ ਬੋਲਿਆ। ਸਾਰੇ ਜਣੇ ਸਾਰੇ ਆ ਜਾਓ, ਜਲਦੀ ਤੋਂ ਪਹਿਲਾਂ ਆ ਜਾਓ। ਮੈਂ ਬੇਨਤੀ ਕਰਦਾ ਕਿ ਸਭ ਤੋਂ ਪਹਿਲਾਂ ਜਿਨ੍ਹਾਂ ਨੇ 9100 ਰੁਪਏ ਦਿੱਤਾ, ਸ਼੍ਰੀ ਬਲਵਿੰਦਰ ਪਾਲ ਸਾਈ ਜੀ, ਉਹਨਾਂ ਦੇ ਬੇਟੇ ਹਰੀਸ਼ ਪਾਲ ਜੀ ਕੈਨੇਡਾ ਵਾਲੇ, ਉਹਨਾਂ ਨੇ ਸਾਨੂੰ 9100 ਰੁਪਏ ਦਿੱਤਾ, ਉਹ ਆਪਣਾ ਬਣਦਾ ਮਾਣ ਸਤਿਕਾਰ ਲੈ। ਸ਼ਸ਼ੀ ਨਹੀਂ ਕਰੋ ਪਿੱਛੇ ਨੂੰ ਯਾਰ, ਹਾਂਜੀ ਮਾੜਾ ਖੋਲ ਦੇ ਪਿੱਛੇ ਨੂੰ, ਪਿੱਛੇ ਨੂੰ ਆ ਜਾਓ ਬਿੱਜੂ। ਓਏ ਓਏ ਬਿੱਜੂ ਜੀ ਨੂੰ ਯਾਰ ਅਗਲੀ ਬੇਨਤੀ ਸ਼੍ਰੀ ਬਲਵੀਰ ਰਾਮ ਪਟਵਾਰੀ ਜੀ, ਉਹਨਾਂ ਦੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਨਿਆਣਿਆਂ ਦੀ ਹੌਸਲਾ ਅਫਜ਼ਾਈ ਦੇ ਲਈ 7100 ਰੁਪਇਆ ਦਿੱਤਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸ਼੍ਰੀ ਬਲਵੀਰ ਰਾਮ ਪਟਵਾਰੀ ਜੀ। ਉਹਨਾਂ ਦਾ ਮਾਣ ਸਤਿਕਾਰ ਕਰਦੇ ਹੋਏ ਸ਼੍ਰੀ ਕੁਲਦੀਪ ਸਿੰਘ ਬਿਸਲਾ ਜੀ, ਇਹਨਾਂ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਸ਼੍ਰੀ ਬਲਵੀਰ ਬਿਸਲਾ ਜੀ ਨੂੰ ਕਿ ਉਹ ਸ਼੍ਰੀ ਕੁਲਦੀਪ ਸਿੰਘ ਬਿਸਲਾ ਜੀ ਦਾ ਮਾਣ ਸਤਿਕਾਰ ਕਰਨ। ਉਹਨਾਂ ਨੇ ਵੀ ਬੱਚਿਆਂ ਦੇ ਟੂਰਨਾਮੈਂਟ ਦੇ ਵਿੱਚ ਬਹੁਤ ਵੱਡਮੁੱਲਾ ਯੋਗਦਾਨ ਦਿੱਤਾ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼੍ਰੀ ਕੁਲਦੀਪ ਸਿੰਘ ਬਿਸਲਾ ਜੀ। ਇਸ ਤੋਂ ਅਗਲਾ ਮੈਂ ਬੇਨਤੀ ਕਰੂੰਗਾ ਸ਼੍ਰੀ ਕੁਲਦੀਪ ਸਿੰਘ ਬਿਸਲਾ ਜੀ ਨੂੰ ਕਿ ਉਹ ਸੋਨੂ ਰੀ ਵਾਲਾ ਜੇ ਕਬੱਡੀ ਖਿਡਾਰੀ, ਉਹਨਾਂ ਨੇ ਬੱਚਿਆਂ ਦੇ ਇਸ ਟੂਰਨਾਮੈਂਟ ਦੇ ਵਿੱਚ ਬਹੁਤ ਵੱਡਮੁੱਲਾ ਯੋਗਦਾਨ ਦਿੱਤਾ, ਉਹ ਵੀ ਆਪਣਾ ਬਣਦਾ ਮਾਣ ਸਤਿਕਾਰ ਹਾਸਲ ਕਰਨ। ਕਬੱਡੀ ਕੌਣ ਖਿੱਚੀ ਸੁਣੋ, ਅਗਲਾ ਮੈਂ ਬੇਨਤੀ ਕਰਦਾ ਰਾਜਵਿੰਦਰ ਕੁਮਾਰ ਤੇ ਸਨੀ ਬੰਗੜ,
ਉਹਨਾਂ ਨੇ ਬੱਚਿਆਂ ਦੇ ਇਸ ਟੂਰਨਾਮੈਂਟ ਦੇ ਵਿੱਚ ਉਹਨਾਂ ਨੇ ਵੀ ਬਣਦਾ ਆਪਣਾ ਬਹੁਤ ਬਹੁਤ ਯੋਗਦਾਨ ਦਿੱਤਾ। ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਜਾਂ ਉਹਨਾਂ ਦੇ ਕੋਈ ਪਰਿਵਾਰ ਦਾ ਮੈਂਬਰ ਆਉਣ ਤੇ ਆਪਣਾ ਬਣਦਾ ਮਾਣ ਸਤਿਕਾਰ ਹਾਸਲ ਕਰਨ। ਰਾਜਵਿੰਦਰ ਇਹਨਾਂ ਦੇ ਨਾਲ ਹੀ ਬਾਬੂਪਾਲ ਇੰਟਰ ਉਹ ਵੀ ਆਪਣਾ ਬਣਦਾ ਮਾਣ ਸਤਿਕਾਰ ਹਾਸਲ ਕਰਨ। ਬਾਬੂ ਚੱਲ ਚੱਲ ਬਾਬੂ ਬਾਬੂਪਾਲ ਦੇ ਨਾਲ ਹੀ ਮੈਂ ਬੇਨਤੀ ਕਰੂੰਗਾ ਮਲੋਕੀ ਉਹਨਾਂ ਨੇ ਵੀ ਉਹਨਾਂ ਦਾ ਓਂਕਾਰ ਸਿੰਘ ਉਹਨਾਂ ਦਾ ਭਰਾ ਆ ਉਹਨਾਂ ਨੇ ਬਾਹਰੋਂ ਆਪਣੇ ਸਾਡੇ ਟੂਰਨਾਮੈਂਟ ਦੇ ਸਾਨੂੰ ਬਹੁਤ ਸਹਿਯੋਗ ਦਿੱਤਾ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਮਲੋਕੀ ਨੂੰ ਕਿ ਆਪਣਾ ਬਣਦਾ ਮਾਣ ਸਤਿਕਾਰ ਲੈਣ। ਇਸ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਸੁਰਜੀਤ ਰਾਮ ਜੋਗਾ ਜੀ ਉਹਨਾਂ ਨੇ ਸਾਡੇ ਇਸ ਟੂਰਨਾਮੈਂਟ ਦੇ ਲਈ ਬੱਚਿਆਂ ਦੀ ਬਹੁਤ ਹੌਸਲਾਫਜ਼ਾਈ ਕੀਤੀ ਬਣਦਾ ਬਹੁਤ ਬਹੁਤ ਮਾਣ ਸਤਿਕਾਰ ਬੱਚਿਆਂ ਨੂੰ ਦਿੱਤਾ ਤੇ ਸਾਡੇ ਇਸ ਟੂਰਨਾਮੈਂਟ ਨੂੰ ਸਿਰੇ ਚਾੜਨ ਦੇ ਲਈ ਉਹਨਾਂ ਨੇ ਬੜਮੁੱਲਾ ਯੋਗਦਾਨ ਦਿੱਤਾ। ਸ੍ਰੀ ਸੁਰਜੀਤ ਰਾਮ ਜੋਗਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਨਾਲ ਹੀ ਮੈਂ ਧੰਨਵਾਦ ਹਾਂ ਰਵੀਪਾਲ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਪਿੰਡ ਬਿਸਲਾ ਤੇ ਨਾਲ ਹੀ ਮੈਂ ਬੇਨਤੀ ਕਰੂੰਗਾ ਟੈਂਕੂ ਬੰਗੜ ਤੇ ਚੰਦਗੜ ਉਹ ਆਪਣਾ ਬਣਦਾ ਮਾਣ ਸਤਿਕਾਰ ਲੈਣ ਤੇ ਨਾਲ ਹੀ ਸ੍ਰੀ ਗੋਪਾਲ ਕ੍ਰਿਸ਼ਨ ਤੇ ਮਹਿਕਮਾ ਬਿਜਲੀ ਬੋਰਡ ਉਹਨਾਂ ਨੇ ਵੀ ਸਾਡਾ ਬਹੁਤ ਸਹਿਯੋਗ ਕੀਤਾ ਉਹ ਇੱਥੇ ਨਹੀਂ ਪਹੁੰਚੇ ਉਹਨਾਂ ਦਾ ਸਹਿਯੋਗ ਕਰਨ ਲਈ ਧੰਨਵਾਦ। ਤੇ ਇੱਕ ਜਿਹੜੇ ਖੇਤ ਦੇ ਵਿੱਚ ਟੂਰਨਾਮੈਂਟ ਕਰ ਰਹੇ ਆਪਾਂ ਇਹ ਸਾਨੂੰ ਜਿਹੜੇ ਖੇਤ ਦੇ ਮਾਲਕ ਨੇ ਸਾਨੂੰ ਬਿਨਾਂ ਸਾਡੇ ਇੱਕ ਵਾਰੀ ਕਹੇ ਤੇ ਸਾਨੂੰ ਇਹ ਖੇਤ ਬਾਲਣ ਨੂੰ ਦਿੱਤਾ ਉਹ ਇਸ ਟੂਰਨਾਮੈਂਟ ਹਾਜ਼ਰ ਨਹੀਂ ਆ ਸਕੇ ਅਸੀਂ ਉਹਨਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹੁਣ ਅਸੀਂ ਉਹਨਾਂ ਵਲੰਟੀਅਰ ਮੁੰਡਿਆਂ ਦਾ ਬਹੁਤ ਕਰਦੇ ਹਾਂ ਜਿਹਨਾਂ ਨੇ ਪਿਛਲੇ 7 ਦਿਨ ਤੋਂ ਲਗਾਤਾਰ ਇਸ ਮਿੱਟੀ ਦੇ ਮਿੱਟੀ ਹੋਏ ਰਹੇ ਪਿੱਚ ਬਣਾਈ ਗਾਉਣ ਦੀ ਤਿਆਰੀ ਕੀਤੀ ਉਹਨਾਂ ਵਲੰਟੀਅਰ ਜਿਹੜੇ ਬੱਚੇ ਆ ਉਹਨਾਂ ਬਹੁਤ ਬਹੁਤ ਧੰਨਵਾਦ ਅਸੀਂ ਉਹਨਾਂ ਦਾ ਕਮੇਟੀ ਵੱਲੋਂ ਮਾਣ ਸਤਿਕਾਰ ਕਰ ਰਹੇ ਹਾਂ। ਸਾਰੇ ਨਿਆਣੇ ਪਰ ਪਾ ਦਿਓ ਸਾਰਿਆਂ ਨੇ ਪਾ ਦਿਓ ਮੈਡਲ ਪਹਿਲਾਂ ਚਲੋ ਲੈਣ ਬੰਨ ਲੋ ਗੌਰੀ ਭਾਜੀ ਆ ਜਾਵੇ ਇੱਥੇ ਢਟੇਰਾ ਦਾ ਗੌਰੀ ਭਾਜੀ ਜੋਗੇ ਭਾਜੀ ਉਹ ਜੱਗੇ ਗੌਰੀ ਭਾਜੀ ਢਟੇਰਾ ਜੱਗੇ ਉਰਾ ਉਹ ਆ ਜਾ ਜੋਗੇ ਭਾਜੀ ਗੌਰੀ ਆ ਜਾਵੇ ਗੌਰੀ ਢਟੇਰਾ ਉਹ ਕੋਈ ਲੈ ਲੋ ਉਹ ਆਇਓ ਯਾਰ ਉਹ ਆਇਆ ਯਾਰ ਗੌਰੀ ਆਇਆ ਆ ਜਾ ਗੁਰਪ੍ਰੀਤ ਗੌਰੀ ਪਿੱਛੇ ਨੂੰ ਜੋ ਫੋਟੋ ਕਰਦੇ
ਚੱਲ ਕਹਿ ਰਹੇ ਭਾਈ ਨੂੰ ਬੰਦ ਕਰ।